ਪ੍ਰਸ਼ਾਦ ਵੰਡਣ ਗਈ ਇੱਕ ਔਰਤ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ ਬਦਮਾਸ਼ ਜੋ ਹੈ ਉਹ ਪ੍ਰਸ਼ਾਦ ਵੰਡਦੇ ਸਮੇਂ ਇਸ ਔਰਤ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਉਸਦੇ ਢਿੱਡ ਦੇ ਵਿੱਚ ਕਿਹਾ ਜਾ ਰਿਹਾ ਕਿ 2 ਗੋਲੀਆਂ ਮਾਰੀਆਂ ਗਈਆਂ ਨੇ, ਜਿਸ ਤੋਂ ਬਾਅਦ ਔਰਤ ਜ਼ਖਮੀ ਹੋ ਜਾਂਦੀ ਹੈ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਤਾਂ ਦੱਸ ਦਈਏ ਕਿ ਵੀਰਵਾਰ ਦਾ ਪ੍ਰਸ਼ਾਦ ਵੰਡਣ ਦੇ ਲਈ ਇਹ ਔਰਤ ਜਦੋਂ ਬਾਹਰ ਨਿਕਲਦੀ ਹੈ ਤਾਂ ਉਸ ਸਮੇਂ ਕੁਝ ਬੱਚੇ ਖੜ੍ਹੇ ਹੁੰਦੇ ਆ ਅਤੇ ਬੱਚਿਆਂ ਨੂੰ ਜਦੋਂ ਇਹ ਪ੍ਰਸ਼ਾਦ ਦੇ ਰਹੀ ਹੁੰਦੀ ਹੈ ਤਾਂ ਉਦੋਂ ਇੱਕ ਬਦਮਾਸ਼ ਜੋ ਹੈ ਉਹ ਪੈਦਲ ਹੀ ਆਉਂਦਾ ਅਤੇ ਉਸਦੇ ਕੋਲ ਪਿਸਤੌਲ ਫੜਿਆ ਹੁੰਦਾ ਅਤੇ ਆਉਂਦੇ ਸਾਰ ਹੀ ਇਸ ਔਰਤ ਨੂੰ ਨਿਸ਼ਾਨਾ ਬਣਾ ਦਿੰਦਾ ਅਤੇ ਜਿਸ ਤੋਂ ਬਾਅਦ ਇਹ ਔਰਤ ਜ਼ਖਮੀ ਹੋ ਜਾਂਦੀ ਹੈ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਸੋਨੀਪਤ ਤੋਂ ਇਹ ਮਾਮਲਾ ਸਾਹਮਣੇ ਆਇਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਗੋਲੀਆਂ ਕਿਉਂ ਮਾਰੀਆਂ ਗਈਆਂ ਨੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਆਖਿਰ ਕੀ ਦੁਸ਼ਮਣੀ ਸੀ ਇਸ ਬਦਮਾਸ਼ ਦੀ ਉਸ ਔਰਤ ਦੇ ਨਾਲ ਜਿਹੜਾ ਉਸਨੂੰ ਨਿਸ਼ਾਨਾ ਬਣਾਇਆ ਗਿਆ, ਇਸ ਦੀ ਜਾਂਚ ਜੋ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਪਰ ਕਿਹਾ ਜਾ ਰਿਹਾ ਕਿ 2 ਰਾਊਂਡ ਫਾਇਰਿੰਗ ਕੀਤੀ ਗਈ ਹੈ ਅਤੇ ਦੋਵਾਂ ਦੇ ਖੋਲ ਵੀ ਉੱਥੋਂ ਬਰਾਮਦ ਹੋ ਚੁੱਕੇ ਨੇ। ਤਾਂ ਦੱਸ ਦਈਏ ਕਿ ਸੋਨੀਪਤ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਬੇਖੌਫ ਹੋ ਕੇ ਆਏ ਬਦਮਾਸ਼ ਨੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ। ਔਰਤ ਜੋ ਹੈ ਵੀਰਵਾਰ ਦਾ ਪ੍ਰਸ਼ਾਦ ਵੰਡਣ ਦੇ ਲਈ ਗਈ ਹੋਈ ਸੀ ਅਤੇ ਜਦੋਂ ਇਹ ਔਰਤ ਪ੍ਰਸ਼ਾਦ ਵੰਡ ਰਹੀ ਸੀ ਤਾਂ ਉਸ ਸਮੇਂ ਜੋ ਬਦਮਾਸ਼ ਸੀ ਉਸਨੇ ਗੋਲੀ ਮਾਰ ਦਿੱਤੀ। यहाँ इंदुबाला नाम की लेडीज़ है तो उसके गोली की हमें सूचना मिली थी कि उसको गोली मारी गई है, तो उसको हम हॉस्पिटल में भिजवाए गए हैं। फिलहाल ठीक बता रहे हैं और एक आदमी का नाम आइडेंटिफाई हुआ है उसके लिए हम लगे हुए हैं। सर किस तरह कोई बाइक वगैरह पर आया था या गोली मारी गई या 2 मारी गई? अभी जो यहाँ के जो लोग बता रहे हैं वो कह रहे हैं कि पैदल आया था और भाग गया। 2 राउंड फायर के लिए बता रहे हैं, बाकी जांच चल रही है, एफएसएल टीम आ रही है और हमारे एसएचओ साहब हराम लगे हुए हैं, जल्दी गिरफ्तार कर लें। प्रसाद वंडण गई एक औरत नू शरेआम गोलियां मार दित्तियां गईयां ने। दस दिए कि बदमाश जो है वह प्रसाद वंडदे समय इस औरत नू निशाना बनाउंदा है अते उसदे ढिड दे विच कहा जा रहा है कि 2 गोलियां मारियां गईयां ने, जिस तों बाद औरत जख्मी हो जांदी है अते उसनू इलाज दे लई हस्पताल दे विच दाखिल करवाया गया है। तां दस दिए कि वीरवार दा प्रसाद वंडण दे लई इह औरत जदों ਬਾਹਰ ਨਿਕਲਦੀ ਹੈ ਤਾਂ ਉਸ ਸਮੇਂ ਕੁਝ ਬੱਚੇ ਖੜ੍ਹੇ ਹੁੰਦੇ ਆ ਅਤੇ ਬੱਚਿਆਂ ਨੂੰ ਜਦੋਂ ਇਹ ਪ੍ਰਸ਼ਾਦ ਦੇ ਰਹੀ ਹੁੰਦੀ ਹੈ ਤਾਂ ਉਦੋਂ ਇੱਕ ਬਦਮਾਸ਼ ਜੋ ਹੈ ਉਹ ਪੈਦਲ ਹੀ ਆਉਂਦਾ ਅਤੇ ਉਸਦੇ ਕੋਲ ਪਿਸਤੌਲ ਫੜਿਆ ਹੁੰਦਾ ਅਤੇ ਆਉਂਦੇ ਸਾਰ ਹੀ ਇਸ ਔਰਤ ਨੂੰ ਨਿਸ਼ਾਨਾ ਬਣਾ ਦਿੰਦਾ ਅਤੇ ਜਿਸ ਤੋਂ ਬਾਅਦ ਇਹ ਔਰਤ ਜ਼ਖਮੀ ਹੋ ਜਾਂਦੀ ਹੈ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਸੋਨੀਪਤ ਤੋਂ ਇਹ ਮਾਮਲਾ ਸਾਹਮਣੇ ਆਇਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਗੋਲੀਆਂ ਕਿਉਂ ਮਾਰੀਆਂ ਗਈਆਂ ਨੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਆਖਿਰ ਕੀ ਦੁਸ਼ਮਣੀ ਸੀ ਇਸ ਬਦਮਾਸ਼ ਦੀ ਉਸ ਔਰਤ ਦੇ ਨਾਲ ਜਿਹੜਾ ਉਸਨੂੰ ਨਿਸ਼ਾਨਾ ਬਣਾਇਆ ਗਿਆ, ਇਸ ਦੀ ਜਾਂਚ ਜੋ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਪਰ ਕਿਹਾ ਜਾ ਰਿਹਾ ਕਿ 2 ਰਾਊਂਡ ਫਾਇਰਿੰਗ ਕੀਤੀ ਗਈ ਹੈ ਅਤੇ ਦੋਵਾਂ ਦੇ ਖੋਲ ਵੀ ਉੱਥੋਂ ਬਰਾਮਦ ਹੋ ਚੁੱਕੇ ਨੇ। ਤਾਂ ਦੱਸ ਦਈਏ ਕਿ ਸੋਨੀਪਤ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਬੇਖੌਫ ਹੋ ਕੇ ਆਏ ਬਦਮਾਸ਼ ਨੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ। ਔਰਤ ਜੋ ਹੈ ਵੀਰਵਾਰ ਦਾ ਪ੍ਰਸ਼ਾਦ ਵੰਡਣ ਦੇ ਲਈ ਗਈ ਹੋਈ ਸੀ ਅਤੇ ਜਦੋਂ ਇਹ ਔਰਤ ਪ੍ਰਸ਼ਾਦ ਵੰਡ ਰਹੀ ਸੀ ਤਾਂ ਉਸ ਸਮੇਂ ਜੋ ਬਦਮਾਸ਼ ਸੀ ਉਸਨੇ ਗੋਲੀ ਮਾਰ ਦਿੱਤੀ। ਇਹ ਯਹਾਂ ਇੰਦੂਬਾਲਾ ਨਾਮ ਕੀ ਲੇਡੀਜ਼ ਹੈ ਤੋ ਉਸਕੇ ਗੋਲੀ ਕੀ ਹਮੇਂ ਸੂਚਨਾ ਮਿਲੀ ਥੀ ਕਿ ਉਸਕੋ ਗੋਲੀ ਮਾਰੀ ਗਈ ਹੈ ਤੋ ਉਸਕੋ ਹਮ ਹੋਸਪਿਟਲ ਮੇਂ ਭਿਜਵਾਏ ਗਏ ਹੈਂ, ਫਿਲਹਾਲ ਠੀਕ ਬਤਾ ਰਹੇ ਹੈਂ ਔਰ ਇੱਕ ਆਦਮੀ ਕਾ ਨਾਮ ਆਇਡੈਂਟੀਫਾਈ ਹੋਇਆ ਉਸਕੇ ਲਈ ਹਮ ਲਗੇ ਹੋਏ ਹੈਂ। ਸਰ ਕਿਸ ਤਰ੍ਹਾਂ ਕੋਈ ਬਾਈਕ ਵਗੈਰਾ ਪਰ ਆਇਆ ਥਾ ਜਾਂ ਗੋਲੀ ਮਾਰੀ ਗਈ ਜਾਂ 2 ਮਾਰੀ ਗਈ? ਅਭੀ ਜੋ ਯਹਾਂ ਕੇ ਜੋ ਲੋਕ ਬਤਾ ਰਹੇ ਹੈਂ ਉਹ ਕਹਿ ਰਹੇ ਕਿ ਪੈਦਲ ਆਇਆ ਥਾ ਔਰ ਭਾਗ ਗਿਆ। 2 ਰਾਊਂਡ ਫਾਇਰ ਕੇ ਲਈ ਬਤਾ ਰਹੇ ਹੈਂ, ਬਾਕੀ ਜਾਂਚ ਚੱਲ ਰਹੀ ਹੈ, ਐਫਐਸਐਲ ਟੀਮ ਆ ਰਹੀ ਹੈ
ਔਰ ਹਮਾਰੇ ਐਸ ਐਸ ਓ ਸਾਹਿਬ ਹਰਾਮ ਲਗੇ ਹੋਏ ਜਲਦੀ ਗ੍ਰਿਫਤਾਰ ਕਰ ਲਏ। ਪ੍ਰਸ਼ਾਦ ਵੰਡਣ ਗਈ ਇੱਕ ਔਰਤ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ ਬਦਮਾਸ਼ ਜੋ ਹੈ ਉਹ ਪ੍ਰਸ਼ਾਦ ਵੰਡਦੇ ਸਮੇਂ ਇਸ ਔਰਤ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਉਸਦੇ ਢਿੱਡ ਦੇ ਵਿੱਚ ਕਿਹਾ ਜਾ ਰਿਹਾ ਕਿ 2 ਗੋਲੀਆਂ ਮਾਰੀਆਂ ਗਈਆਂ ਨੇ, ਜਿਸ ਤੋਂ ਬਾਅਦ ਔਰਤ ਜ਼ਖਮੀ ਹੋ ਜਾਂਦੀ ਹੈ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਵੀਰਵਾਰ ਦਾ ਪ੍ਰਸ਼ਾਦ ਵੰਡਣ ਦੇ ਲਈ ਇਹ ਔਰਤ ਜਦੋਂ ਬਾਹਰ ਨਿਕਲਦੀ ਹੈ ਤਾਂ ਉਸ ਸਮੇਂ ਕੁਝ ਬੱਚੇ ਖੜ੍ਹੇ ਹੁੰਦੇ ਹੈ ਅਤੇ ਬੱਚਿਆਂ ਨੂੰ ਜਦੋਂ ਇਹ ਪ੍ਰਸ਼ਾਦ ਦੇ ਰਹੀ ਹੁੰਦੀ ਹੈ ਤਾਂ ਉਦੋਂ ਇੱਕ ਬਦਮਾਸ਼ ਜੋ ਹੈ ਉਹ ਪੈਦਲ ਹੀ ਆਉਂਦਾ ਹੈ ਅਤੇ ਉਸਦੇ ਕੋਲ ਪਿਸਤੌਲ ਫੜਿਆ ਹੁੰਦਾ ਅਤੇ ਆਉਂਦੇ ਸਾਰ ਹੀ ਇਸ ਔਰਤ ਨੂੰ ਨਿਸ਼ਾਨਾ ਬਣਾ ਦਿੰਦਾ ਹੈ ਅਤੇ ਜਿਸ ਤੋਂ ਬਾਅਦ ਇਹ ਔਰਤ ਜ਼ਖਮੀ ਹੋ ਜਾਂਦੀ ਹੈ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਸੋਨੀਪਤ ਤੋਂ ਇਹ ਮਾਮਲਾ ਸਾਹਮਣੇ ਆਇਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਗੋਲੀਆਂ ਕਿਉਂ ਮਾਰੀਆਂ ਗਈਆਂ ਨੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਆਖਿਰ ਕੀ ਦੁਸ਼ਮਣੀ ਸੀ ਇਸ ਬਦਮਾਸ਼ ਦੀ ਉਸ ਔਰਤ ਦੇ ਨਾਲ ਜਿਹੜਾ ਉਸਨੂੰ ਨਿਸ਼ਾਨਾ ਬਣਾਇਆ ਗਿਆ, ਇਸ ਦੀ ਜਾਂਚ ਜੋ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਪਰ ਕਿਹਾ ਜਾ ਰਿਹਾ ਕਿ 2 ਰਾਊਂਡ ਫਾਇਰਿੰਗ ਕੀਤੀ ਗਈ ਹੈ ਅਤੇ ਦੋਵਾਂ ਦੇ ਖੋਲ ਵੀ ਉੱਥੋਂ ਬਰਾਮਦ ਹੋ ਚੁੱਕੇ ਨੇ। ਤਾਂ ਦੱਸ ਦਈਏ ਕਿ ਸੋਨੀਪਤ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਬੇਖੌਫ ਹੋ ਕੇ ਆਏ ਬਦਮਾਸ਼ ਨੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ। ਔਰਤ ਜੋ ਹੈ ਵੀਰਵਾਰ ਦਾ ਪ੍ਰਸ਼ਾਦ ਵੰਡਣ ਦੇ ਲਈ ਗਈ ਹੋਈ ਸੀ ਅਤੇ ਜਦੋਂ ਇਹ ਔਰਤ ਪ੍ਰਸ਼ਾਦ ਵੰਡ ਰਹੀ ਸੀ ਤਾਂ ਉਸ ਸਮੇਂ ਜੋ ਬਦਮਾਸ਼ ਸੀ ਉਸਨੇ ਗੋਲੀ ਮਾਰ ਦਿੱਤੀ। ਇਹ ਯਹਾਂ ਇੰਦੂਬਾਲਾ ਨਾਮ ਕੀ ਲੇਡੀਜ਼ ਹੈ, ਤੋ ਉਸਕੇ ਗੋਲੀ ਕੀ ਹਮੇਂ ਸੂਚਨਾ ਮਿਲੀ ਥੀ ਜਿਸਕੋ ਗੋਲੀ ਮਾਰੀ ਗਈ ਹੈ ਤੋ ਉਸਕੋ ਹਮ ਹੋਸਪਿਟਲ ਮੇਂ ਭਿਜਵਾਇਆ ਗਿਆ ਹੈ, ਫਿਲਹਾਲ ਠੀਕ ਬਤਾ ਰਹੇ ਹੈ ਔਰ ਇੱਕ ਆਦਮੀ ਕਾ ਨਾਮ ਆਇਡੈਂਟੀਫਾਈ ਹੋਇਆ ਉਸਕੇ ਲਈ ਹਮ ਲਗੇ ਹੋਏ ਹੈ। ਸਰ ਕਿਸ ਤਰ੍ਹਾਂ ਕੋਈ ਬਾਈਕ ਵਗੈਰਾ ਪਰ ਆਇਆ ਥਾ ਜਾਂ ਗੋਲੀ ਮਾਰੀ ਗਈ ਹੈ, 2 ਮਾਰੀ ਗਈ? ਅਭੀ ਜੋ ਯਹਾਂ ਕੇ ਜੋ ਲੋਕ ਬਤਾ ਰਹੇ ਹੈ ਜੋ ਕਹਿ ਰਹੇ ਕਿ ਪੈਦਲ ਆਇਆ ਥਾ ਭਾਗ ਗਿਆ, 2 ਰਾਊਂਡ ਫਾਇਰ ਕੇ ਲਈ ਬਤਾ ਰਹੇ ਹੈ। ਬਾਕੀ ਜਾਂਚ ਚੱਲ ਰਹੀ ਹੈ, ਐਫ ਐਸ ਆਰ ਟੀਮ ਆ ਰਹੀ ਹੈ ਔਰ ਹਮਾਰੇ ਐਸ ਐਸ ਓ ਸਾਹਿਬ ਹਰਾਮ ਲਗੇ ਹੋਏ ਜਲਦੀ ਗ੍ਰਿਫਤਾਰ ਕਰ ਲਏ।